ਸਸਿਕਲ ਦੋਸਤੋ ਇੱਕ ਤੁਹਾਡੇ ਲਈ ਆਧ ਦੀ ਖਬਰ ਹੈ ਦੂਜੇ ਪਾਸੇ ਅਵੇਅਰ ਹੋਣ ਦੀ ਗੱਲ ਹੈ ਉਹ ਇਸ ਕਰਕੇ ਕਿਉਂਕਿ ਚੰਡੀਗੜ੍ਹ ਪੁਲਿਸ ਨੇ ਉਹਨਾਂ ਨੌਜਵਾਨਾਂ ਨੂੰ ਚੱਕ ਲਿਆਗਾ ਗ੍ਰਿਫਤਾਰ ਕਰ ਲਿਆ ਜਿਹੜੇ ਲੋਕਾਂ ਨੂੰ ਅਲੱਗ-ਅਲੱਗ ਤਰੀਕੇ ਦੇ ਨਾਲ ਠੱਗਦੇ ਸੀ ਲੱਖਾਂ ਰੁਪਏ ਦੀ ਠੱਗੀ ਉਹਨਾਂ ਨੇ ਜ਼ਿਆਦਾਤਰ ਪੰਜਾਬੀਆਂ ਨੂੰ ਲੁੱਟਿਆ ਪੰਜਾਬੀਆਂ ਦੇ ਨਾਲ ਕਰੀ ਤੇ ਇਹ ਲੋਕ ਵੀ ਤੁਸੀਂ ਆਮ ਤੌਰ ਤੇ ਸੁਣਿਆ ਹੋਣਾ ਜਾਮ ਤਾੜਾ ਦਾ ਨਾਮ ਤੇ ਇਹ ਜਾਮ ਤਾੜਾ ਵਾਲੇ ਮੁੰਡੇ ਨੇ ਜਿਨ੍ਹਾਂ ਨੂੰ ਚੰਡੀਗੜ੍ਹ ਪੁਲਿਸ ਚੱਕ ਕੇ ਲੈ ਕੇ ਆਈ ਹੈ ਤੇ ਇਸ ਖਾਸ ਤੌਰ ਤੇ ਤੁਹਾਨੂੰ ਦਸੀਏ ਇਹਨਾਂ ਦੇ ਵਿੱਚ ਉਹ ਫੇਮਸ ਫਰਾਡ ਸ਼ਾਮਲ ਹੈ ਜਿਹਦਾ ਇੱਕ ਇਹ 12ਵੀਂ ਪਾਸ ਮੁੰਡਾ ਸਰਗਣਾ ਸੀਗਾ ਤੇ ਇਹਦਾ ਵਰਲਡ ਫੇਮਸ ਜਿਹੜਾ ਮੈਂ ਕਹਾ ਕਿڑی ਠਗੀ ਸੀ ਜਿਹਦੇ ਵਿੱਚ ਕਿਹਾ ਜਾਂਦਾ ਸੀ ਵਿਦੇਸ਼ਾਂ ਤੋਂ ਫੋਨ ਆਉਂਦੇ ਸੀ ਕਿ ਤੁਹਾਡਾ ਰਿਸ਼ਤੇਦਾਰ ਫਸ ਗਿਆ ਤੁਹਾਡੇ ਮੈਨੂੰ ਕੁਝ ਪੈਸੇ ਉਧਾਰ ਦੇ ਦਿਓ ਇਸ ਤਰ੍ਹਾਂ ਦੀ ਕੋਈ ਕੈਨੇਡਾ ਤੋਂ ਬੋਲਦਾ ਕੋਈ ਆਸਟ੍ਰੇਲੀਆ ਤੋਂ ਬੋਲਦਾ ਤਾਂ ਉਹ ਚੰਡੀਗੜ੍ਹ ਪੁਲਿਸ ਨੇ ਇਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਪੰਜ ਕੁੱਲ આરોપી ਗ੍ਰਿਫਤਾਰ ਕਰੇ ਨੇ ਜਿਦੇ ਵਿੱਚ ਚਾਰ ਇਹ ਇੱਕ ਨੇਗੇ ਇਹਨਾਂ ਦੇ ਵਿੱਚ ਜੇ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਦੇ ਨਾਲ ਇਹਨਾਂ ਨੂੰ ਗ੍ਰਿਫਤਾਰ ਕਰਿਆ ਅਕਸ਼ੇ ਕੁਮਾਰ ਹੈ ਚਾਰਖੰਡ ਦਾ ਰਹਿਣ ਵਾਲਾ ਹੈ ਵਿਪਨ ਕੁਮਾਰ ਹੈ ਇਹ ਵੀ ਚਾਰਖੰਡ ਦਾ ਰਹਿਣ ਵਾਲਾ ਹੈ ਵਿਕਾਸ ਕੁਮਾਰ ਹੈ ਇਹ ਵੀ ਚਾਰਖੰਡ ਦਾ ਰਹਿਣ ਵਾਲਾ ਹੈ ਤੇ ਰਜੇਸ਼ ਮੰਡਲ ਏ ਵੀ ਜਿਹੜਾ ਡਿਸਟ੍ਰਿਕਟ ਦੁਮਕਾ ਝਾਰਖੰਡ ਦਾ ਰਹਿਣ ਵਾਲਾ ਹੈ ਤੇ ਇਹੀ ਇਹ ਲੋਕ ਵੀ ਉਸੇ ਤਰ੍ਹਾਂ ਦੇ ਨਾਲ ਜਿਹੜੀ ਮੈਂ ਕੁਝ ਦਿਨ ਪਹਿਲਾਂ ਇੱਕ ਪੋਸਟਾਂ ਜੀ ਕਰੀ ਸੀ ਵੀ ਕਿਵੇਂ ਇੱਕ ਝਾੜੀਆਂ ਦੇ ਵਿੱਚ ਕਰੋੜਾਂ ਦੀ ਕੰਪਨੀ ਚੱਲਦੀ ਸੀ ਤਾਂ ਇਹਨਾਂ ਦੀ ਵੀ ਕੰਪਨੀ ਝਾੜੀਆਂ ਦੇ ਵਿੱਚੋਂ ਹੀ ਚੱਲਦੀ ਸੀ ਕਿਉਂਕਿ ਖੁਦ ਐਸਪੀ ਨੇ ਇਹ ਗੱਲ ਸਾਂਝੀ ਕਰੀ ਕਿ ਜਦੋਂ ਇਹਨਾਂ ਦੀ ਗ੍ਰਿਫਤਾਰੀ ਹੋਈ ਤੇ ਇਹ ਝਾੜੀਆਂ ਦੇ ਵਿੱਚ ਬਹਿ ਕੇ ਜਿਵੇਂ ਆਮ ਪਿੰਡਾਂ ਦੇ ਵਿੱਚ ਉੱਥੇ ਠੱਗੀ ਦੇ ਤੰਤਰ ਚੱਲਦੇ ਨੇ ਉਸੇ ਤਰ੍ਹਾਂ ਦੇ ਨਾਲ ਇਹਨਾਂ ਦਾ ਵੀ ਗ੍ਰੋ ਕੰਮ ਕਰ ਰਿਹਾ ਸੀਗਾ ਵੱਡੇ ਤੌਰ ਤੇ ਇਹਨਾਂ ਤੋਂ ਰਿਕਵਰੀ ਹੋਈ ਹੈ ਅਜੀਓ 골ਡ ਕয়ਨ ਦੇ 10 ਗ੍ਰਾਮ ਦਾ ਇਹਨਾਂ ਤੋਂ ਬਲੈਂਕ ਪੈਕਿੰਗ ਆਫ 골ਡ কয়ንስ ਦੀ ਹੋਈ ਹੈ ਬਰਾਮਦਗੀ ਮੋਬਾਈਲ ਫੋਨ ਪੰਜ ਬਰਾਮਦ ਹੋਏ ਨੇ ਇੱਕ ਲੈਪਟਾਪ ਬਰਾਮਦ ਹੋਇਆ 6 SIM ਕਾਰਡ ਬਰਾਮਦ ਹੋਏ ਨੇ ਤੇ ਹੋਰ ਕਈ ਡਾਕੂਮੈਂਟਸ ਨੇ ਜਿਹੜੇ ਇਹਨਾਂ ਤੋਂ ਬਰਾਮਦ ਹੋਏ ਨੇ ਇਸੇ ਤਰ੍ਹਾਂ ਦੇ ਨਾਲ ਇੱਕ ਮੁੰਡਾ ਹੋਰ ਗ੍ਰਿਫਤਾਰ ਕਰਿਆ ਇਹ ਵੀ ਇਸੇ ਤਰ੍ਹਾਂ ਦੀ ਠੱਗੀ ਮਾਰਦਾ ਸੀ ਇਹਦੇ ਕੋਲੋਂ 7 ਫੋਨ ਫੜੇ ਗਏ ਨੇ 12 ATM ਡੈਬਿਟ ਕਾਰਡ ਫੜੇ ਫੜੇ ਗਏ ਨੇ SIM ਕਾਰਡ 15 ਫੜੇ ਗਏ ਨੇ ਤੇ ਇਹਦਾ ਨਾਮ ਹੈ ਆਦਰਸ਼ ਸਿੰਘ ਇਹ ਬਿਹਾਰ ਦਾ ਰਹਿਣ ਵਾਲਾ ਹੈ ਕਿਹਾ ਜਾ ਸਕਦਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਇਹ ਪੂਰਾ ਇੱਕ ਨੈਕਸਸ ਚਲਾ ਰਹੇ ਸੀ ਇਹ ਮੁੰਡਾ 21 ਪਾਸ ਹੈ 23 ਸਾਲ ਦੀ ਉਮਰ ਹੈ ਉਹ ਤੋਂ ਪਹਿਲਾਂ ਜੇ ਕਿਹਾ ਜਾਵੇ ਵਿਕਾਸ ਕੁਮਾਰ ਏ ਬਾਰਵੀਂ ਪਾਸ ਹੈ ਇਹਦੀ ਵੀ ਇਹਦੀ 27 ਸਾਲ ਉਮਰ ਹੈ ਸੱਤਵੀਂ ਪਾਸ ਵੀ ਹੈ ਇਹਨਾਂ ਚ ਅਕਸ਼ੀਮਾਨ ਜੀ ਜਿਨ੍ਹਾਂ ਦੀ 30 ਸਾਲ ਉਮਰ ਹੈ ਰਜੇਸ਼ ਮੰਡਲ ਦੀ ਹੈ ਗ੍ਰੈਜੂਏਟ ਸੀਗਾ 23 ਸਾਲ ਦਾ ਮੁੰਡਾ ਵਿਪਨ ਕੁਮਾਰ ਅਕਸ਼ੇ ਕੁਮਾਰ ਜਿਹੜਾ ਹੈਗਾ ਉਹ ਬੀਬੀਏ ਪਲੱਸ ਬੀ ਐਚਐਮ ਹੈ ਹੁਣ ਗੱਲ ਇਹ ਹੈ ਵੀ ਇਹਨਾਂ ਦੀ ਜਿਹੜੀ ਮੋਡਰਨ ਸਪਰੈਂਡੀ ਹੈ ਉਹਦੇ ਵਿੱਚ ਇਹ ਦੇਖਿਆ ਜਾਵੇ ਜਿਸ ਤਰ੍ਹਾਂ ਦੇ ਨਾਲ ਇਹ ਲਗਾਤਾਰ ਲੋਕਾਂ ਨੂੰ ਠੱਗਦੇ ਸੀਗੇ ਤਾਂ ਪੁਲਿਸ ਨੇ 12 ਟਿਪਸ ਵੀ ਦਿੱਤੇ ਨੇ ਵੀ ਤੁਸੀਂ ਕਿਵੇਂ ਬਚ ਸਕਦੇ ਹੋ ਹੁਣ ਇਥੋਂ ਇਹ ਵੀਡੀਓ ਗੌਰ ਨਾਲ ਸੁਣਨ ਵਾਲਾ ਹੈ ਵੀ ਕਿਵੇਂ ਬਚਣਾ ਹੈਗਾ ਕਿਉਂਕ ਇਹ ਮੁੰਡਿਆਂ ਦੇ ਨਾਲ ਜੇ ਦੇਖਿਆ ਜਾਵੇ ਲੋਕਾਂ ਨੂੰ ਫੋਨ ਕਰਦੇ ਸੀਗੇ ਤੇ ਕਿਸੇ ਨਾ ਕਿਸੇ ਚਾਂਸ ਦੇ ਵਿੱਚ ਲੈ ਲੈਂਦੇ ਸੀ ਸਭ ਤੋਂ ਵੱਡੀ ਗੱਲ ਗੌਰ ਕਰਨ ਵਾਲੀ ਪੁਲਿਸ ਨੇ ਇਹਦੇ ਵਿੱਚ ਇਹ ਵੀ ਜਾਣਕਾਰੀ ਸਾਂਝੀ ਕਰੀ ਹੈ ਕਿ ਜਿਹੜੇ ਇਹ ਲੋਕ ਲੋਕਾਂ ਨੂੰ ਠੱਗਦੇ ਸੀਗੇ ਉਹਨਾਂ ਦੇ ਵਿੱਚ ਸਭ ਤੋਂ ਇੰਟਰਸਟਿੰਗ ਚੀਜ਼ ਇਹ ਵੀ ਸੀ ਕਿ ਅੱਜ ਓਟੀਪੀ ਅਸੀਂ ਕਹਿੰਦੇ ਆ ਵੀ ਕਿਵੇਂ ਲੈ ਗਿਆ ਕੋਈ ਇੱਕ ਸਕਰੀਨ ਸ਼ੇਅਰ ਐਪਲੀਕੇਸ਼ਨ ਅਗਲੇ ਨੂੰ ਡਾਊਨਲੋਡ ਕਰਵਾ ਦਦੇ ਸੀਗੇ ਉਹਦੇ ਰਾਹੀਂ ਫਿਰ ਅਗਲੇ ਨੂੰ ਕਹਿੰਦੇ ਸੀ ਤੈਨੂੰ ਤਾਂ ਚਲਾਉਣਾ ਨਹੀਂ ਆਇਆ ਅਸੀਂ ਚਲਾਉਨੇ ਆ ਜਦੋਂ ਇਹ ਸਕਰੀਨ ਸ਼ੇਅਰ ਲੈਂਦੇ ਸੀ ਤਾਂ ਉਹਦੇ ਤੇ ਜਦੋਂ ਓਟੀਪੀ ਆਉਂਦਾ ਸੀਗਾ ਤਾਂ ਓਟੀਪੀ ਲੈ ਕੇ ਇਹ ਪੈਸੇ ਉਡਾ ਦੁੰਦੇ ਸੀ ਹੁਣ ਪੈਸਿਆਂ ਦਾ ਕਰਦੇ ਕੀ ਸੀਗੇ ਇਹ ਜਿਹੜੇ 골ਡ ਕੋਇਨ ਇਹਨਾਂ ਕੋਲੋਂ ਮਿਲੇ ਨੇ ਉਹ 골ਡ ਕੋਇਨ ਇਹ ਜਦੋਂ ਉੱਥੇ ਜਿਵੇਂ ਇਹ ਕੀ ਖਰੀਦੇ ਸੀਗੇ ਉਸ ਸਮੇਂ ਦੇ ਦੌਰਾਨ ਕ੍ਰੈਡਿਟ ਕਾਰਡ ਅਗਲੇ ਅਗਲੇ ਦਾ ਭਰਦਾ ਹੁੰਦੇ ਸੀਗੇ ਫਿਰ ਉਹ OTP ਉੱਥੋਂ ਸ਼ੇਅਰ ਕਰਾਉਂਦੇ ਸੀ ਇਸ ਤमाम ਜਾਣਕਾਰੀ ਹੈ ਜਿਹੜੀ ਇਹ ਇੱਕ ਚੰਗਾ ਵਰਕ ਕਰਕੇ ਅਜੇ ਆ ਲੋਕਾਂ ਨੂੰ ਲੁੱਟਦੇ ਸੀਗੇ ਹੁਣ ਦੂਸਰੇ ਪਾਸੇ ਜੇ ਕਹੀਏ ਕਿ ਜਿਹੜੇ ਹੈ 12 ਟਿਪਸ ਨੇਗੇ ਸਭ ਤੋਂ ਵੱਡੀ ਗੱਲ ਇਹ ਹੈ ਯਕੀਨ ਕਿਸੇ ਤੇ ਨਾ ਕਰੋ ਇਹਦੇ ਵਿੱਚ ਮੋٹے ਮੋٹے ਤੌਰ ਤੇ ਮੈਂ 12 ਟਿਪਸ 'ਚ ਇਹ ਗੱਲ ਸਮਝੀ ਹੈ ਵੀ ਯਕੀਨ ਕਿਸੇ ਤੇ ਨਾ ਕਰੋ ਪਹਿਲੇ ਜੋ ਪੁਲਿਸ ਕਹਿੰਦੀ ਹੈ ਵੀ ਇੰਟਰਨੈਸ਼ਨਲ ਤੇ ਜੇ ਕੋਈ ਸਟ੍ਰੇਂਜਰ ਕਾਲ ਆਉਂਦੀ ਹੈ ਤਾਂ ਉਹਨੂੰ ਵਿਦਆਊਟ ਕਨਫਰਮੇਸ਼ਨ ਤੁਸੀਂ ਕਿਸੇ ਵੀ ਤਰ੍ਹਾਂ ਦੀ ਡਿਟੇਲਸ ਨੇ ਜਿਹੜੀ ਉਹਦੇ ਨਾਲ ਸਾਂਝੀ ਨਾ ਕਰੋ ਕਿਸੇ ਵੀ ਤਰ੍ਹਾਂ ਦੀ ਪੇਮੈਂਟ ਬਿਨਾ ਕਿਸੇ ਵੈਰੀਫਾਈ ਵੈਰੀਫਾਈ ਕਰੇ ਫੈਕਟਸ ਤੋਂ ਤੁਸੀਂ ਕਿਸੇ ਨੂੰ ਵੀ ਪੇਮੈਂਟ ਜਿਹੜੀ ਹੋ ਟ੍ਰਾਂਸਫਰ ਨਾ ਕਰੋ ਤੀਸਰਾ ਉਹਨਾਂ ਨੇ ਕਿਹਾ ਕਿ ਜਿਹੜੇ ਕੋਈ ਜੈਨੂਨ ਪਰਸਨ ਹੈ ਉਹਦੇ ਵਾਸਤੇ ਵੀ ਤੁਸੀਂ ਕਾਲ ਤੋਂ ਪਹਿਲਾਂ ਪੇਮੈਂਟ ਕਰਨ ਤੋਂ ਪਹਿਲਾਂ ਕਾਲ ਆਉਣ ਤੋਂ ਬਾਅਦ ਤੁਸੀਂ ਉਹਦੀ ਵੈਰੀਫਿਕੇਸ਼ਨ ਕਰੋ ਫਿਰ ਉਸ ਤੋਂ ਬਾਅਦ ਦੇ ਵਿੱਚ ਹੀ ਹੈ ਤੁਹਾਨੂੰ ਪਤਾ ਲੱਗ ਜੂ ਕਿ ਧੋਖੇਬਾਜ਼ ਹੈ ਚੌਥਾ ਜਿਹੜਾ ਸਭ ਤੋਂ ਦੇਖਿਆ ਜਾਵੇ ਇਹ ਵੀ ਇਹਨਾਂ ਨੇ ਇਹੀ ਗੱਲ ਸਾਂਝੀ ਕਰੀ ਹੈ ਕਿ ਕਾਲਰਸ ਗਾਰਡਿੰਗ ਸੀਰੀਅਸਨੈਸ ਆਫ ਦਾ ਮੈਟਰ ਜੇਨੂਇਨਸ ਦੇ ਆਰ ਪ੍ਰੋਬਬਲੀ ਪਾਰਟ ਆਫ ਦਾ ਗੈਂਗ ਟਰਾਈਂਗ ਟੂ ਚੀਟ ਯੂ ਪਹਿਲਾ ਜਿਸ ਤਰ੍ਹਾਂ ਦੇ ਨਾਲ ਇਹ ਗੈਂਗ ਤੁਹਾਨੂੰ ਕਾਲ ਕਰਦੇ ਨੇ ਉਹਨਾਂ ਦੀ ਕਿਸੇ ਵੀ ਗੱਲਾਂ ਦੇ ਚਾਂਸੇ ਦੇ ਵਿੱਚ ਨਾ ਉਹ ਚਾਹੇ ਤੁਹਾਨੂੰ ਸਾਈਕੋਲੋਜੀਕਲੀ ਇਹ ਅਫੈਕਟ ਕਰਨ ਦੀ ਕੋਸ਼ਿਸ਼ ਕਰਨ ਬੈਂਕ ਅਫੀਸ਼ਰਸ ਦੀ ਜਦੋਂ ਸਭ ਤੋਂ ਵੱਡੀ ਗੱਲ ਆਉਂਦੀ ਹੈ ਜਦੋਂ ਇਹ ਡਿਟੇਲਸ ਲੈਂਦੇ ਨੇ ਕਹਿੰਦੇ ਬੈਂਕ ਅਫੀਸ਼ਰਸ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਆਰ ਬੀਆਈ ਐਨੀ ਜੇਨੂਨ ਐਂਟਰੀ ਐਂਟੀਟੀ ਨ ਸ਼ੇਅਰ ਕੌਨਫਿਡੈਂਸ਼ੀਅਲ ਇਨਫੋਰਮੇਸ਼ਨ ਸੱਚ ਹੈ ਯੂਜ਼ਰ ਨੇਮ ਪਾਸਵਰਡ ਕਾਰਡ ਡਿਟੇਲਸ ਐਂਡ ਸੀਵੀਵੀ ਓਟੀਪੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਫਾਈਨੈਂਸ਼ੀਅਲ ਸਿਸਟਮ ਵਾਲਾ ਤੁਹਾਨੂੰ ਕਾਲ ਕਰਕੇ ਤੁਹਾਡੇ ਤੋਂ ਇਹ ਜਿਹੀਆਂ ਚੀਜ਼ਾਂ ਕੋਈ ਨਹੀਂ ਪੁੱਛੂਗਾ ਅ ਇਹਦੇ ਵਿੱਚ ਕਈ ਇਹਨਾਂ ਨੇ ਇਸ ਤਰ੍ਹਾਂ ਦੇ ਫੈਕਟਸ ਦਿੱਤੇ ਨੇ ਕਿ ਕੋਈ ਇੱਕ ਨਾਮੀ ਕੰਪਨੀ ਦਾ ਨਾਮ ਲੈਂਦਾ ਉਹਨੂੰ ਤੁਸੀਂ ਪਹਿਲਾਂ ਵੈਰੀਫਾਈ ਕਰੋ ਕੋਈ ਹੋ ਨਹੀਂ ਹੈਗਾ ਕੁੱਲ ਮਿਲਾ ਕੇ ਜੇ ਦੇਖਿਆ ਜਾਵੇ ਯਕੀਨ ਕਿਸੇ ਤਰ੍ਹਾਂ ਦਾ ਨਾ ਕਰੋ ਫਿਰ ਵੀ ਜੇਕਰ ਤੁਹਾਡੇ ਨਾਲ ਇਸ ਤਰ੍ਹਾਂ ਦਾ ਕੋਈ ਹਾਸਾ ਵਾਪਰ ਗਿਆ ਤਾਂ ਉਹਦੇ ਵਿੱਚ ਤੁਸੀਂ ਕਰਨਾ ਕੀ ਹੈ ਕਿ ਤੁਸੀਂ 1930 ਤੇ ਹੈ ਜਿਹੜਾ ਉਹਨੂੰ ਰਿਪੋਰਟ ਕਰੋ ਹੈਲਪਲਾਈਨ ਨੰਬਰ ਤੇ ਤਾਂ ਕਿ ਉਹ ਨੰਬਰ ਵੀ ਬਲੌਕ ਹੋ ਜਾਏਗਾ ਤੁਹਾਡੀ ਮਦਦ ਹੋ ਸਕੇਗੀ ਪੈਸਾ ਜਿਹੜਾ ਉਹ ਅੱਗੇ ਨਹੀਂ ਜਾਊਗਾ ਸਾਈਬਰ ਹੈਲਪ ਸਾਈਬਰ ਹੈਲਪਲਾਈਨ ਨੰਬਰ ਹੈਗਾ ਇਹ ਜਿਹੜਾ 1930 1930 ਇਹ ਹਰ ਕੋਈ ਧਿਆਨ ਚ ਰੱਖੋ ਉਸ ਤੋਂ ਬਾਅਦ ਵੈਬਸਾਈਟ cybercrime.gov.in ਤੇ ਵੀ ਤੁਸੀਂ ਜਾ ਕੇ ਇਹਨੂੰ ਲੌਗਇਨ ਕਰ ਸਕਦੇ ਹੋ ਹੁਣ ਜਿਹੜੇ ਇਹ ਜਾਮ ਤੜਾ ਵਾਲੇ ਮੁੰਡੇ ਫੜੇ ਨੇਗੇ ਇਹਨਾਂ ਦੇ ਵਿੱਚ ਸਾਫ਼ ਤੌਰ ਤੇ ਪੁਲਿਸ ਨੇ ਬਹੁਤ ਲੰਬੀ ਡਿਟੇਲ ਸ਼ੇਅਰ ਕਰੀ ਆ ਸਭ ਤੋਂ ਵੱਡੀ ਗੱਲ ਇਹ ਹੀ ਹੈ ਕਿ ਐਸਪੀ ਨੇ ਵੀ ਹੱਸਦੇ ਹੋਏ ਕਿਹਾ ਕਿ ਉਹਨਾਂ ਦੇ ਫਾਦਰ ਸਾਹਿਬ ਨੂੰ ਵੀ ਕਾਲ ਆਈ ਫਰਾਡ ਦੀ ਹਾਲਾਂਕਿ ਜਿਹੜਾ ਸਿਆੜਾ ਬੰਦਾ ਹੈ ਉਹ ਬਚ ਜਾਂਦਾ ਤੇ ਇਹੀ ਉਹ ਮੁੰਡੇ ਨੇ ਜਿਹੜੇ ਕੇਬੀਸੀ ਦੇ ਨਾਂ ਤੇ ਤੁਹਾਨੂੰ ਕਈ ਵਾਰੀ ਆਇਆ ਹੋਣਾ ਕਿ ਤੁਹਾਡੇ ਇਨਾਮ ਨਿਕਲਿਆ ਆ ਇਹ ਉਹ ਠੱਗ ਨੇ ਜਿਹੜੇ ਵਰਲਡ ਫੇਮਸ ਫਰਾਡ ਦਾ ਸਿਸਟਮ ਹੈ ਜਿਹੜਾ ਉਹ ਚਲਾ ਰਹੇ ਸੀਗੇ ਜਾਣਕਾਰੀ ਸਾਂਝੀ ਜ਼ਰੂਰ ਕਰੋ ਆਪਦੇ ਦੋਸਤਾਂ ਮਿੱਤਰਾਂ ਨੂੰ ਦੱਸਿਓ ਕਿ ਕਿਸ ਤਰ੍ਹਾਂ ਦੇ ਨਾਲ ਤੁਸੀਂ ਠੱਗੀ ਤੋਂ ਬਚੋ ਤੇ ਆ ਜਾਮ ਤਾਰੇ ਵਾਲੇ ਜਿਹੜੇ ਇਹ ਚੱਕ ਕੇ ਲੈਂਦੇ ਨੇ ਇਹ ਇਹਨਾਂ ਨੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਕੌਲਾਂ ਨੇ ਜਿਹੜੀਆਂ ਇਹਨਾਂ ਨੇ ਕਰੀਆਂ ਰਹਿ ਗਿਆ